ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੀਐਸਟੈਟ ਦੇ ਰਿਲੇਟਡ ਆਪਣਾ ਟੌਪਿਕ ਹੈ ਹਿਸਟਰੀ ਦਾ ਰਾਸ਼ਟਰੀ ਆંદੋਲਨ ਜੋ ਕਿ 1885 ਤੋਂ ਲੈ ਕੇ 1919 ਤੱਕ ਹੋਇਆ ਸੀਗਾ ਉਹਦੇ ਕੁਝ ਕੁਐਸਚਨ ਹੈ ਵੈਰੀ ਇੰਪੋਰਟੈਂਟ ਕੁਐਸਚਨ ਤੋਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਹਾਂਜੀ ਫਰਸਟ ਕੁਐਸਚਨ ਹੈ ਜੀ ਆਪਣਾ ਫਰਸਟ ਹੈ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ ਹਾਂਜੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ 28 ਦਸੰਬਰ 1850 ਸੀ ਨੂੰ ਮੁੰਬਈ ਵਿਖੇ ਹੋਈ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ 28 ਦਸੰਬਰ 1859 ਨੂੰ ਮੁੰਬਈ ਵਿਖੇ ਹੋਈ ਸੀ ਸੈਕਿੰਡ ਕੁਐਸਚਨ ਹੈ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਸ ਨੇ ਕੀਤੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਏਓ ਹਿਊਮ ਨੇ ਕੀਤੀ ਸੀ ਜਿਹੜੀ ਇੰਡੀਆ ਦੇ ਸੀਗੇ ਨੈਸ਼ਨਲ ਕਾਂਗਰਸ ਦੀ ਸਥਾਪਨਾ ਏਓ ਹਿਊਮ ਨੇ ਕੀਤੀ ਸੀ ਏਓ ਹਿਊਮ ਨੇ 3 ਕਵੈਸਚਨ ਹੈ ਜੀ ਆਪਣਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਹੋਇਆ ਸੀਗਾ ਜਿਹੜਾ ਇੰਡੀਆ ਦੇ ਵਿੱਚ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਹੋਇਆ ਸੀ 29 23 ਦਸੰਬਰ ਨੂੰ 1885 ਦੇ ਵਿੱਚ 29 30 ਦਸੰਬਰ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਹੋਇਆ ਸੀ ਫੋਰਥ ਕੁਐਸਚਨ ਹੈ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਕਿੱਥੇ ਹੋਇਆ ਸੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਗੋਕਲ ਦਾਸ ਤੀਜਪਾਲ ਨੇ ਸੰਸਕ੍ਰਿਤ ਕਾਲਜ ਮੁੰਬਈ ਵਿਖੇ ਹੋਇਆ ਸੀਗਾ इंडियन नेशनल कांग्रेस ਦਾ ਪਹਿਲਾ ਸਮਾਗਮ ਮੁੰਬਈ ਵਿਖੇ ਗੋਕਲਦਾਸ ਤੇਜਪਾਲ ਸਾਂਸਕ੍ਰਿਤਿਕ ਕਾਲਜ ਦੇ ਵਿੱਚ ਹੋਇਆ ਸੀ ਹਾਂਜੀ ਇਹ ਤੁਹਾਨੂੰ ਫੋਰਥ ਕੁਐਸਚਨ ਸਮਝ ਆ ਗਿਆ ਉਹ ਕਾਲਜ ਦਾ ਨਾਮ ਹੈ ਗੋਕਲਦਾਸ ਤੇਜਪਾਲ ਸਾਂਸਕ੍ਰਿਤਿਕ ਕਾਲਜ ਮੁੰਬਈ ਵਿਖੇ ਉੱਥੇ ਜਿਹੜਾ ਇਹਨਾਂ ਦਾ ਸਮਾਗਮ ਹੋਇਆ ਸੀ ਹੈ ਫਿਫਥ ਕੁਐਸਚਨ ਹੈ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਸਭਾਪਤੀ ਕੌਣ ਸੀਗੇ ਇੰਡੀਅਨ ਵੋਮੇਸ ਚੰਦਰ ਬੈਨਰਜੀ ਸੀ ਕਾਂਗਰਸ ਦੇ ਪਹਿਲੇ ਪ੍ਰਧਾਨ ਸੀ ਜਿਹੜੇ ਹਾਂਜੀ ਵੈਰੀ ਇੰਪੋਰਟੈਂਟ ਕੁਸਚਨ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜਾ ਪਹਿਲਾ ਸਭਾਪਤੀ ਬਣੇ ਸੀ ਵੋਮੇਸ ਚੰਦਰ ਬੈਨਰਜੀ ਕਾਂਗਰਸ ਦੇ ਪਹਿਲੇ ਪ੍ਰਧਾਨ ਸੀ ਇੰਡੀਅਨ ਅਗਲਾ ਹੈ ਇੰਡੀਆ ਨੈਸ਼ਨਲ ਕਾਂਗਰਸ ਦੇ ਪਹਿਲੇ ਸਮਾਗਮ ਕਿੰਨੇ ਪ੍ਰਤੀਨਿਧੀਆਂ ਨੇ ਭਾਗ ਲਿਆ ਸੀਗਾ ਇੰਡੀਆ ਦੇ ਵਿੱਚ ਜਿਹੜਾ ਨੈਸ਼ਨਲ ਕਾਂਗਰਸ ਸਮ ਕਾਂਗਰਸ ਸਮਾਗਮ ਹੋਇਆ ਸੀ ਉਹਦੇ ਵੱਖ-ਵੱਖ ਪ੍ਰਾਂਤਾਂ ਦੇ 72 ਪ੍ਰਤੀਨਿਧੀਆਂ ਨੇ ਭਾਗ ਲਿਆ ਸੀਗਾ ਸਾਰੇ ਰਾਜ ਦੇ ਸਾਰੇ ਰਾਜਾਂ ਦੇ ਅੱਡੋ ਅੱਡ ਹੋਏ ਇਕੱਠੇ ਹੋਏ ਸੀ ਜਿਹੜੇ ਸਾਰੇ ਪ੍ਰਤੀਨਿਧੀ ਕੁੱਲ ਸੀਗੇ ਉਹ 72 ਪ੍ਰਤੀਨਿਧੀ ਅਨੇ ਭਾਗ ਲਿਆ ਸੀ ਹਾਂਜੀ ਸੈਵੰਥ ਕੁਐਸਚਨ ਹੈ ਜੀ ਆਪਣਾ 1885 ਤੋਂ 1905 ਈਸਵੀ ਤੱਕ ਦੇ ਰਾਸ਼ਟਰੀ ਯੁੱਗ ਨੂੰ ਕਿਹੜਾ ਯੁੱਗ ਕਿਹਾ ਗਿਆ ਹੈ 1885 ਤੋਂ 1905 ਦੇ ਜਿਹੜਾ ਰਾਸ਼ਟਰਵਾਦੀ ਯੁੱਗ ਸੀ ਉਹਨੂੰ ਉਗਾ ਉਦਾਰਵਾਦੀ ਯੁੱਗ ਦੇ ਨਾਮ ਨਾਲ ਜਾਣਿਆ ਜਾਂਦੇ ਉਦਾਰਵਾਦੀ ਯੁੱਗ ਕਵੈਸਚਨ ਨੰਬਰ 8 ਬੰਗਾਲ ਦੀ ਵੰਡ ਕਦੋਂ ਹੋਈ 1905 ਈਸਵੀ ਨੂੰ ਬੰਗਾਲ ਦੀ ਵੰਡ ਕੀਤੀ ਗਈ ਸੀ ਕਵੈਸਚਨ ਨੰਬਰ 9 ਬੰਗਾਲ ਦੀ ਵੰਡ ਕਿਸ ਨੇ ਕੀਤੀ ਸੀ ਲਾਰਡ ਕਰਜ਼ਨ ਨੇ ਸੀ ਬੰਗਾਲ ਦੀ ਵੰਡ ਕੀਤੀ ਸੀ ਲਾਰਡ ਕਰਜ਼ਨ ਨੇ ਕਵੈਸਚਨ ਨੰਬਰ 10 ਬੰਗਾਲ ਦੀ ਵੰਡ ਸਿਮੇ ਉਸ ਵਿੱਚ ਕਿਹੜੇ ਕਿਹੜੇ ਇਲਾਕੇ ਸ਼ਾਮਿਲ ਸਨ ਬੰਗਾਲ ਬਿਹਾਰ ਤੇ ਉੜੀਸਾ ਇਹ ਤਿੰਨੋਂ ਜਿਹੜੇ ਇਲਾਕੇ ਸੀ ਬੰਗਾਲ ਦੀ ਵੰਡ ਸਮੇ ਇਹਦੇ ਵਿੱਚ ਸ਼ਾਮਿਲ ਸਨ 11 ਕੁਐਸਚਨ ਆਪਣਾ ਬੰਗਾਲ ਦੀ ਵੰਡ ਦਾ ਮੁੱਖ ਉਦੇਸ਼ ਕੀ ਸੀਗਾ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਫੁੱਟ ਪਾਉਣੀ ਸੀ ਬੰਗਾਲ ਦੀ ਜਦੋਂ ਵੰਡ ਹੋਈ ਸੀਗੀ ਉਹਦਾ ਮੁੱਖ ਉਦੇਸ਼ ਸੀ ਹਿੰਦੂ ਅਤੇ ਮੁਸਲਮਾਨਾਂ ਦੇ ਵਿੱਚ ਫੁੱਟ ਪਾਈ ਜਾ ਰਿਹਾ ਸੀਗਾ ਹਿੰਦੂ ਤੇ ਮੁਸਲਮਾਨ ਉਹਨਾਂ ਦੇ ਵਿੱਚ ਫੁੱਟ ਪਾਉਣ ਦਾ ਕੰਮ ਕੀਤਾ ਸੀ ਬੰਗਾਲ ਦੀ ਵੰਡ ਤੋਂ ਬਾਅਦ ਕਿਹੜਾ ਆંદੋਲਨ ਸ਼ੁਰੂ ਹੋਇਆ ਸਵਦੇਸ਼ੀ ਅਤੇ ਬਾਈਕਾਟ ਦਾ ਜਿਹੜਾ ਆંદੋਲਨ ਸੀ ਬੰਗਾਲ ਦੀ ਵੰਡ ਤੋਂ ਬਾਅਦ ਇਸ ਦੀ ਆંદੋਲਨ ਦੀ ਸ਼ੁਰੂਆਤ ਹੋਈ ਸੀ ਕੁਸਚਨ ਨੰਬਰ 13 ਸਵਦੇਸ਼ੀ ਅਤੇ ਬਾਈਕਾਟ ਆંદੋਲਨ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਦੀ ਸ਼ੁਰੂਆਤ ਆ ਬਾਲ ਗੰਗਾਧਰ tilak ਵੀ ਪੰਚੰਦਰ ਪਾਲ ਅਤੇ ਸੁਰੇਂਦਰ ਨਾਥ ਬੇਨਰਜੀ ਇਹਨਾਂ ਨੇ ਤਿੰਨਾਂ ਨੇ ਮਿਲ ਕੇ ਬਾਲ ਗੰਗਾਧਰ ਤੇਲਕ ਵੀ ਪੰਚੰਦਰ ਪਾਲ ਬੇਨਰਜੀ ਤੇ ਸੁਰੇਂਦਰ ਨਾਥ ਬੇਨਰਜੀ ਨੇ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਕੁਸਚਨ ਨੰਬਰ 14 ਹੈ। ਇਸ ਆंदोलਨ ਵਿੱਚ ਕਿਹੜੀਆਂ ਵਸਤਾਂ ਦਾ ਬਾਈਕਾਟ ਕੀਤਾ ਗਿਆ ਸੀ ਕਿਹੜੀਆਂ ਚੀਜ਼ਾਂ ਦਾ ਵਸਤੂਆਂ ਦਾ ਬਾਈਕਾਟ ਕੀਤਾ ਇੰਗਲੈਂਡ ਵਿੱਚ ਬਣੇ ਕੱਪੜੇ ਅਤੇ ਖੰਡ ਦਾ ਸੀ ਜਿਹੜਾ ਬਾਈਕਾਟ ਕੀਤਾ ਗਿਆ ਸੀ ਹੈ ਕੁਐਸਚਨ ਨੰਬਰ 15 ਉਗਰਵਾਦ ਜਾਂ ਗਰਮ ਦਲੀਆਂ ਦਾ ਸਮਾਂ ਕਿਹੜਾ ਸੀ 1905 ਤੋਂ ਲੈ ਕੇ 1919 ਤੱਕ ਦਾ ਜਿਹੜਾ ਸਮਾਂ ਸੀ ਉਗਰਵਾਦ ਅਤੇ ਗਰਮ ਦਲੀਆਂ ਦਾ ਸਮਾਂ ਕਿਹਾ ਜਾਂਦਾ ਹੈ ਕੁਐਸਚਨ ਨੰਬਰ 16 ਕਿਹੜੇ ਨੇਤਾਵਾਂ ਨੇ ਉਗਰਵਾਦੀ ਅੰਦੋਲਨ ਸ਼ੁਰੂ ਕੀਤਾ ਸੀ ਲਾਲਾ ਲਾਜਪਤਰਾਏ, ਬਾਲ ਗੰਗਾਧਰ ਤਿਲਕ ਤੇ ਵਿਪਨ ਚੰਦਰਪਾਲ ਇਨ ਤਿੰਨਾਂ ਨੇ ਉਗਰਵਾਦੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਕੁਐਸਚਨ ਨੰਬਰ 17 ਕਿਸ ਨੇ ਕਿਹਾ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਤੇ ਮੈਂ ਇਸ ਨੂੰ ਪ੍ਰਾਪਤ ਕਰਕੇ ਰਹਾਗਾ? ਬਾਲ ਗੰਗਾਧਰ ਤਿਲਕ ਨੇ ਕਿਹਾ ਸੀ ਕਿ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਤੇ ਮੈਂ ਇਸ ਨੂੰ ਪ੍ਰਾਪਤ ਕਰਕੇ ਹੀ ਰਹਾਗਾ। ਕੁਐਸਚਨ ਨੰਬਰ 18 ਹੈ ਕਿਸਨੇ ਕਿਹਾ ਸੀ ਅਸੀਂ ਅੰਗਰੇਜ਼ਾਂ ਨਾਲ ਹੋਈ ਸੰਬੰਧ ਨਹੀਂ ਅੰਗਰੇਜ਼ਾਂ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ ਨਾ ਹੀ ਅਸੀਂ ਭਾਰਤ ਵਿੱਚ ਆਪਣੀ ਸਰਕਾਰ ਚਾਉਂਦੇ ਹਾਂ ਵਿਪਨ ਚੰਦਰ ਪਾਲ ਨੇ ਕਿਹਾ ਸੀ ਹਾਂ ਅਸੀਂ ਭਾਰਤ ਵਿੱਚ ਆਪਣੀ ਸਰਕਾਰ ਚਾਉਨੇ ਹਾਂ ਕੁਐਸਚਨ ਨੰਬਰ 18 ਦਾ ਅਨਸਰ ਅੰਗਰੇਜ਼ਾਂ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ ਸੀ ਭਾਰਤ ਵਿੱਚ ਖੁਦ ਦੀ ਸਰਕਾਰ ਚਾਉਣਾ ਕਿਹਨੇ ਕਿਹਾ ਸੀ ਬੀਪਨ ਚੰਦਰ ਪਾਲ ਨੇ ਕੁਐਸਚਨ ਨੰਬਰ 18 ਹੈ 올 ਇੰਡੀਅਨ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ 30 ਦਸੰਬਰ 1906 ਟਾਕਮਕੇ ਬੰਗਲਾਦੇਸ਼ ਦੀ ਰਾਜਧਾਨੀ ਟਾਕਾ ਟਾਕਾ ਹੈ ਬੰਗਲਾਦੇਸ਼ ਦੀ ਰਾਜਧਾਨੀ ਹੈ ਇਹਦੇ ਵਿੱਚ ਮੁਸਲਿਮ ਲੀਗ ਦੀ ਸਥਾਪਨਾ 30 ਦਸੰਬਰ 1906 ਨੂੰ ਟਾਕਾ ਵਿਖੇ ਹੋਈ ਸੀ ਕੁਐਸਚਨ ਨੰਬਰ ਆਪਣਾ ਹੈ 20 ਮੁਸਲਿਮ ਲੀਗ ਦੀ ਮੁੱਖ ਮੰਗ ਕੀ ਸੀ ਮੁਸਲਿਮ ਮੁਸਲਮਾਨਾਂ ਲਈ ਵੱਖਰਾ ਚੋਣ ਮੰਡਲ ਸਥਾਪਿਤ ਕੀਤਾ ਜਾਣਾ ਕੀਤਾ ਜਾਵੇ ਮੁਸਲਿਮ ਲੀਗ ਦੀ ਜਿਹੜੀ ਮੁੱਖ ਮੰਗ ਸੀ ਕਿ ਮੁਸਲਮਾਨਾਂ ਦਾ ਇੱਕ ਵੱਖਰਾ ਚੋਣ ਮੰਡਲ ਸਥਾਪਿਤ ਕੀਤਾ ਜਾਵੇ। ਹਾਂਜੀ 21 ਕੁਐਸਚਨ ਹੈ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਫੁੱਟ ਕਦੋਂ ਪਈ 1907 ਈਸਵੀ ਵਿੱਚ ਸੂਰਤ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਫੁੱਟ ਪਈ ਸੀ। 22 ਕੁਐਸਚਨ ਨੰਬਰ ਹੈ ਫੁੱਟ ਤੋਂ ਬਾਅਦ ਕਿਹੜੇ ਦੋ ਮੁੱਖ ਧੜੇ ਬਣ ਗਏ ਸੀ ਨਰਮ ਦਲ ਅਤੇ ਗਰਮ ਦਲ ਜਿਹੜੇ ਐ ਦੋ ਮੁੱਖ ਧੜੇ ਬਣ ਗਏ ਸੀ। ਨਰਮ ਦਲ ਅਤੇ ਗਰਮ ਦਲ ਵਿਚ ਸਮਝੌਤਾ ਕਦੋਂ ਹੋਇਆ 1906 ਈਸਵੀ ਨੂੰ ਨਰਮ ਦਲ ਅਤੇ ਗਰਮ ਦਲ ਵਿਚ ਸਮਝੌਤਾ ਹੋਇਆ ਸੀ ਗਰਮ ਦਲ ਦੇ ਮੁੱਖ ਕੇਂਦਰ ਕਿਹੜੇ ਸੀ ਮਹਾਰਾਸ਼ਟਰਾਂ ਬੰਗਾਲ ਤੇ ਪੰਜਾਬ ਇਹ ਗਰਮ ਦਲ ਦੇ ਮੁੱਖ ਕੇਂਦਰ ਸੀ ਗਦਰ ਪਾਰਟੀ ਦੀ ਸਥਾਪਨਾ 25 ਨੰਬਰ ਕੁਐਸਚਨ ਹੈ ਗਦਰ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ ਜੀ ਲਾਲਾ ਹਰਦਿਆਲ ਨੇ ਗਦਰ ਪਾਰਟੀ ਦੀ ਸਥਾਪਨਾ ਕੀਤੀ ਸੀ ਕੁਐਸਚਨ ਨੰਬਰ 26 ਗਦਰ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ 1913 ਈਸਵੀ ਵਿੱਚ ਅਮਰੀਕਾ ਵਿਖੇ ਗਦਰ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ ਇਹਦੇ ਜਿਹੜੀ ਸਥਾਪਨਾ ਕਿਸ ਨੇ ਕੀਤੀ ਸੀ ਲਾਲਾ ਹਰੀदयाल ਨੇ ਕੁਸਚਨ ਨੰਬਰ 27 ਹੈ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਕੌਣ ਸਨ ਸੋਨ ਸਿੰਘ ਭਕਣਾ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਸੀ ਸੋਨ ਸਿੰਘ ਭਕਣਾ 28 ਕੁਸਚਨ ਗਦਰ ਪਾਰਟੀ ਨੇ ਕਿਹੜਾ ਅਖਬਾਰ ਕੱਢਿਆ ਤੇ ਉਸ ਦੇ ਸੰਪਾਦਕ ਕੌਣ ਸਨ ਗਦਰ ਪਾਰਟੀ ਨੇ ਅਖਬਾਰ ਕੱਢਿਆ ਤੇ ਸੰਪਾਦਕ ਵੀ ਲਾਲਾ ਲਾ ਗਦਰ ਪਾਰਟੀ ਨੇ ਗਦਰ ਅਖਬਾਰ ਕੱਢਿਆ ਸੀਗਾ ਅਤੇ ਉਹਦੇ ਜਿਹੜੇ ਸੰਪਾਦਕ ਸੀਗੇ ਉਹ ਲਾਲਾ ਹਰਦੇਵਾਲ ਸੀਗੇ ਹਾਂਜੀ ਵੈਰੀ ਇੰਪੋਰਟੈਂਟ ਗਦਰ ਪਾਰਟੀ ਨੇ ਗਦਰ ਅਖਬਾਰ ਕੱਢਿਆ ਅਤੇ ਉਹਦੇ ਸੰਪਾਦਕ ਸੀ ਜਿਹੜੇ ਉਹ ਲਾਲਾ ਹਰਦੇਵਾਲ ਸੀ ਕੋਸਟ ਨੰਬਰ 29 ਬਾਲ ਗੰਗਾਧਰ ਤਿਲਕ ਨੇ ਕਿਹੜਾ ਅਖਬਾਰ ਕੱਢਿਆ ਕੇਸਰੀ ਬਾਲ ਗੰਗਾਧਰ ਤਿਲਕ ਨੇ ਕੇਸਰੀ ਅਖਬਾਰ ਕੱਢਿਆ ਸੀ ਹਾਂਜੀ ਕੁਸਚਨ ਨੰਬਰ 30 ਹੋਮ ਰੂਲ ਆંદੋਲਨ ਕਦੋਂ ਅਤੇ ਕਿਸ ਨੇ ਸ਼ੁਰੂ ਕੀਤਾ ਸੀ ਹੋਮ ਰੂਲ ਆંદੋਲਨ 1916 ਨੂੰ ਸ਼੍ਰੀਮਤੀ ਐਨੀ ਬਸੈਂਟ ਅਤੇ ਬਾਲ ਗੰਗਾਧਰ ਤਿਲਕ ਨੇ ਸ਼ੁਰੂ ਕੀਤਾ ਸੀ ਹੋਮ ਰੂਲ ਆંદੋਲਨ ਐਨੀ ਬਸੈਂਟ ਅਤੇ ਬਾਲ ਗੰਗਾਧਰ ਤਿਲਕ ਨੇ 1916 ਵਿੱਚ ਹੋਮ ਰੂਲ ਦਾ ਮੁੱਖ ਉਦੇਸ਼ ਕੀ ਸੀ ਭਾਰਤੀਆਂ ਲਈ ਸਵਰਾਜ ਦੀ ਮੰਗ ਕਰਨਾ ਹੋਮ ਰੂਲ ਦੀ ਮੁੱਖ ਮੰਗ ਸੀ ਭਾਰਤੀਆਂ ਲਈ ਸਵਰਾਜ ਦੀ ਮੰਗ ਕਰਨਾ ਕੁਐਸਚਨ ਨੰਬਰ 30 ਭਾਰਤ ਦੇ ਐਕਟ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਮਾਰਲੋ ਮਿੰਟਸ ਸੁਧਾਰ ਐਕਟ ਦੇ ਨਾਲ ਜਾਣਿਆ ਜਾਂਦਾ ਹੈ ਹਾਂਜੀ 32 ਨੰਬਰ ਕੁਐਸਚਨ ਹੋਰ ਹੈ ਇਹਦੇ ਵਿੱਚ ਥੋੜਾ ਲਿਖਣਾ ਰਹਿ ਗਿਆ ਹੈ ਕੁਐਸਚਨ ਹੈ ਆਪਣਾ 32 1909 ਦੇ ਐਕਟ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਮਾਰਲੋ ਮਿੰਟ ਸੁਧਾਰ ਐਕਟ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਮਾਰਲੋ ਮਿੰਟ ਜਿਹੜਾ ਐਕਟ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਹੋਮ ਰੂਲ ਦੀ ਮੁੱਖ ਦੇਸ਼ਕੀ ਨਹੀਂ ਕਿਤੇ ਭਾਰਤੀਆਂ ਲਈ ਸਵਰਾਜ ਦੀ ਮੰਗ ਹਾਂਜੀ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਗੀ ਰਾਸ਼ਟਰੀ ਅੰਦੋਲਨ 1985 ਤੋਂ ਲੈ ਕੇ 1919 ਤੱਕ ਦਾ ਜਿਹੜੇ ਅੱਗੇ ਇੱਕ ਵੀਡੀਓ ਤੁਹਾਡੇ ਨਾਲ ਹੋਰ ਸੀ ਸਾਂਝੀ ਕਰਾਂਗੇ 1919 ਤੋਂ ਲੈ ਕੇ 1947 ਤੱਕ ਦੀ ਹਾਂਜੀ ਆਈ ਹੋਪ ਇਹ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਗੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂ ਕਰਨਾ